ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਰਵੇਗਾ ਤੁਹਾਡਾ? ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ। ਕਾਰਨ ਕੀ ਆ? ਪੰਜ ਹੀ ਪੈਣੀਆਂ ਉਹਨੂੰ ਵੀ। ਚਾਰ ਜਗ੍ਹਾ ਇਲੈਕਸ਼ਨ ਲੜਨੇ ਆ, ਚਾਰਾਂ ਜਗ੍ਹਾ ਦਾ ਵਜਨ ਨਹੀਂ ਵਜੂਗਾ, ਇੱਕ ਜਗ੍ਹਾ 50,000 ਵੀ ਲਾਓ। ਇਹ ਭਾਈ ਕਮੇਟੀ ਚੱਕੀ ਮੈਂ 90,000 ਰੁਪਏ ਘੱਟ, 10,000 ਰੁਪਏ ਘੱਟ, 90,000 ਰੁਪਏ ਪੂਰਾ ਕੀਤਾ ਮੈਂ ਤਾਂ। ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ। ਕਿਸੇ ਕੋਲ ਇੰਨਾ ਦਮ ਨਹੀਂ ਹੈਗਾ, ਕਿਸੇ ਪਾਰਟੀ ਤੋਂ ਦਮ ਨਹੀਂ, ਮੇਰੇ ਤੋਂ ਦਮ ਹੋਵਾ ਮੈਂ ਖੜਾ। ਸਭ ਤੋਂ ਪਹਿਲਾਂ ਜੀ ਮੈਂ ਹਾਂਜੀ ਸਭ ਤੋਂ ਪਹਿਲਾਂ ਮੈਂ ਜੀ ਜਦੋਂ ਵੀ ਕਦੀ ਮੇਰੀ ਇੰਟਰਵਿਊ ਹੋਊਗੀ ਮੈਂ ਰੱਬ ਦਾ ਨਾਮ ਲੈਣਾ, ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ, ਮੈਂ ਸਿੱਧਾ ਸਾਧਾ ਬੰਦਾ ਵਾ, ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ੈਤਾਨੀ ਇੱਦਾਂ ਦੀ ਨਹੀਂ ਹੈਗੀ। ਪਹਿਲਾਂ ਮੈਂ ਰੱਬ ਦਾ ਨਾਮ ਲਊਂਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਰਤ, ਜੈ ਵਾਲਮੀਕਿ ਹਰ ਹਰ ਵਾਲਮੀਕਿ, ਧੰਨ ਧੰਨ ਸ਼੍ਰੀ ਗੁਰੂ ਸਤਿਗੁਰੂ ਮਹਾਰਾਜ, ਔਰ ਹਲਾਲੂਇਆ ਗੋਸ ਬਾ ਖੁਸ਼ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ, ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖਸ਼ੋ, ਜਕਾਰਾ ਮਾਂ ਚਿੰਤਪੁਰੀ ਦਾ ਬੋਲ ਸਾਚੇ ਦਾ ਦਰਬਾਰ ਕੀ ਹੈ, ਔਰ ਜਕਾਰਾ ਜਕਾਰਾ ਸਤਿਗੁਰੂ ਰਵੀ ਮਹਾਰਾਜ, ਜਕਾਰਾ ਮਹਾਰਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ, ਸਾਡੇ ਗੁਰੂ ਜੀ ਦਾ। ਔਰ ਆਪਾਂ ਗੱਲ ਕਰੀਏ, ਦੇਖੋ ਜੀ ਇਹ ਇਲੈਕਸ਼ਨ ਵਾਰਾਣਸੀ ਤੋਂ, ਅੰਮ੍ਰਿਤਸਰ ਤੋਂ, ਜਲੰਧਰ ਤੋਂ ਅਤੇ ਲੁਧਿਆਣਾ ਤੋਂ, ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਅਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ। ਔਰ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ, ਸਾਨੂੰ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਆ ਜੀ, ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰਨਗੇ। ਔਰ ਇਹ ਵੱਡਾ ਐਲਾਨ ਆ, ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਆਟੋ ਵਾਲੇ ਦਾ ਪੰਗਾ ਪਿਆ ਸੀਗਾ, ਠੀਕ ਆ, ਆਹ ਦੂਜੀ ਵਾਰੀ ਆ ਜੀ। ਪਰ ਕਿਸੇ ਟਾਈਮ 'ਤੇ ਜੇ ਸਾਡੇ ਐਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ, ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ, ਮੈਂ ਨਾਮ ਨਹੀਂ ਲਊਂਗਾ ਵਾ, ਹੁਣ ਤੁਸੀਂ ਆਪ ਹੀ ਸਮਝ ਲਓਗੇ, ਉਹ ਗਾਲਾਂ ਕੱਢ ਕੇ ਅਤੇ MP ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ, ਜਿੱਥੋਂ ਮੈਨੂੰ ਖੁੰਦਕ ਆਈ ਆ, ਜਿੱਥੋਂ ਮੈਨੂੰ ਐਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ ਹੈ, ਤੂੰ ਸ਼ਰਿਆਮ ਗਾਲਾਂ ਕੱਢ ਕੇ, ਇਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ, ਨਹੀਂ ਮੈਂ ਦੱਸ ਨਾਮ ਨਹੀਂ ਦੱਸਦਾ ਜੀ, ਥੋੜ੍ਹਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ, ਕਲੀਅਰ ਨਹੀਂ, ਲੋਕੀ ਵੋਟ ਪਾਉਣਗੇ ਤੁਹਾਨੂੰ, ਲੋਕੀ ਤੁਹਾਨੂੰ ਦੁੱਖ ਸੀਗਾ ਕਿ ਮੇਰੇ ਐਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਈਆਂ। ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਅਤੇ ਮੈਂ ਖੁੱਲ੍ਹ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ, ਉਹਦੀਆਂ ਮੈਂ ਪੂਛਾਂ, ਛੱਲੀਆਂ, ਦਾਣੇ, ਗੁੱਡੀਆਂ, ਕੀ ਕੁਛ ਮੈਂ ਕੱਟਦਾ ਵਾਂ, ਇਹ ਹੁਣ ਤੁਹਾਨੂੰ ਅੰਮ੍ਰਿਤਸਰ 'ਚ ਪਤਾ ਲੱਗੇਗਾ, ਕਿਉਂਕਿ ਕਿੱਥੋਂ ਇਲੈਕਸ਼ਨ ਖੜੇ ਹੋ ਰਹੇ ਹੋ? ਮੈਂ ਵਾਰਾਣਸੀ ਮੋਦੀ ਦੇ ਸਾਹਮਣੇ ਜੀ। ਅੱਛਾ, ਮੋਦੀ ਸਾਹਿਬ ਦੇ ਸਾਹਮਣੇ ਹੋ? ਦੇਖੋ ਜੇ ਉਹ ਰਾਜਾ ਵਾ ਨਾ, ਉਹ ਰਾਜਾ ਕਾਹਦਾ ਵਾ ਜਦੋਂ ਸਾਹਮਣੇ ਕੋਈ ਪ੍ਰਜਾ ਨਾ ਖੜੀ ਹੋਈ, ਇੱਥੇ ਮਨ ਮਰਜ਼ੀ ਦਾ ਮਾਲਕ ਹੋ ਗਿਆ ਨਾ, ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ, ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਏ ਆ, ਅਤੇ ਤੂੰ ਸਾਹਮਣੇ ਖੜਾਉਣ ਜਾ, ਉਹ ਰੱਬ ਨਹੀਂ ਹੈਗਾ, ਸਾਨੂੰ ਹੱਕ ਵਾ, ਸਾਡਾ ਪ੍ਰੋਪਗੈਂਡਾ ਸੈਕਟਰੀ ਸਾਨੂੰ ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ, ਇੱਕ ਰਿਕਸ਼ੇ ਚਲਾਉਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ, ਔਰ ਜਿਹੜਾ ਬੰਦਾ ਸਾਡੇ ਐਸੀ ਸਮਾਜ ਨੂੰ ਗਾਲਾਂ ਕੱਢਦਾ, ਅੱਜ ਉਹਦਾ ਖੁੱਲ੍ਹ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ। ਅੰਮ੍ਰਿਤਸਰ ਪਹੁੰਚੇ, ਅੰਮ੍ਰਿਤਸਰ ਕੀ ਵਿਜ਼ਨ ਹੈਗਾ ਆਉਣ ਦਾ? ਹਾਂਜੀ, ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਏਗੀ। ਅੱਛਾ, ਵਾਰਾਣਸੀ ਤੋਂ ਮੈਂ ਖੜਾ ਹੋ ਰਿਹਾ, ਜਲੰਧਰ ਤੋਂ ਮੈਂ ਖੜਾ ਹੋ ਰਿਹਾ, ਅਤੇ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ। ਅੱਛਾ, ਇਹ ਸਾਰਾ ਫਿਰ ਗਰੁੱਪ ਕੱਟ ਹੋ ਰਿਹਾ ਭਾਜੀ? ਫਿਰ ਕੀ ਹੈ, ਆਪਣੀ ਟੀਮ ਹੈ, ਸਾਡੇ ਬੰਦੇ ਆ, ਔਰ ਜਿੱਥੇ ਹੰਸਰਾਜ ਹੰਸੀ ਖੜੇ ਹੋ ਰਿਹਾ ਭਾਜੀ ਅਤੇ ਅਨਮੋਲ ਭਾਜੀ ਖੜੇ ਹੋ ਰਹੇ ਆ, ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ, ਕਿ ਜਿਹੜੀ ਚਾਹ ਦੀ ਦੁਕਾਨ ਆ ਰੇਹੜੀ ਲੱਗਦੀ ਆ ਜਿੱਥੇ। ਹਾਂਜੀ, ਇੱਥੇ ਹੀਰਾ ਪਨੀਰ ਵਾਲਾ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ, ਉਹ ਵੀ ਹਾਰ ਜਾਏਗਾ, ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ, ਇਹ ਗਰੰਟੀ ਆ। ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ, ਅੱਬਲ ਤਾਂ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ, ਜਿਤਨਾ ਅਸੀਂ ਆ। ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ, ਤੇ ਵੋਟਰ ਸਪੋਰਟਰ ਵੋਟਾਂ ਕਿਉਂ ਨਹੀਂ ਬਦਲ ਸਕਦੇ? ਪਰ ਨੀਟੂ ਜੀ ਪਿਛਲੀ ਵਾਰੀ ਦੇਖੋ, ਮੁੱਦੇ ਮੈਂ ਨਹੀਂ ਦੱਸਣੇ ਜੀ, ਉਹ ਲੋਕਾਂ ਨੂੰ ਮੁੱਦੇ ਨਹੀਂ ਦੱਸੋਗੇ ਤਾਂ ਕਿੱਦਾਂ ਵੋਟ ਪਾਉਣਗੇ ਲੋਕਾਂ? ਰੁਕੋ 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 ਰੁਕੋ, ਕਰਦੇ ਆਓ, ਮੈਂ ਸ਼ਹਿਰ ਘੁੰਮੂੰਗਾ,
ਇੱਥੇ ਦੇ ਨਸ਼ੇ ਦੇ ਮੁੱਦੇ, ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤਾਂ ਮੈਨੂੰ ਪਤਾ ਹੀ ਆ। ਬਾਕੀ ਮੁੱਦੇ ਡੰਪ ਦੇ ਜਦੋਂ ਇੱਥੋਂ ਡੰਪ ਕਿੱਥੇ ਆ, ਕੂੜੇ ਦਾ ਡੰਪ ਕਿੱਥੇ ਆ, ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ, ਜਿੱਥੇ ਆਪਾਂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦੇ ਹਾਂ ਉੱਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਬਈਆਂ ਨੂੰ। ਯਾਰ ਕਮਾਲ ਯਾਰ, ਸਾਡਾ ਦੇਸ਼ ਹੈ ਕਿ ਕੀ ਹੈ? ਪੰਜਾਬੀਆਂ ਸੇ ਬਈਆਂ ਤੇ ਖੜਨਾ ਤੁਸੀਂ? ਮੈਂ ਗੱਲ ਕਰ ਰਿਹਾ ਭਾਈ ਰੇਲਵੇ 'ਚ, ਹੁਣ ਮੈਂ ਮੂੰਹ ਤੇ ਰੁਮਾਲ ਬੰਨਿਆ, ਮੈਂ ਚਾਹ ਦਾ ਕੱਪ ਫੜਿਆ, ਕਹਿੰਦਾ 120 ਰੁਪਏ ਦਾ। ਮੈਂ ਕਿਹਾ ਵਾਹ ਹੋ ਰੱਬਾ, ਨਹੀਂ ਰੰਗ ਵੇਖਣ ਨੇ ਕਹਿਤਾ। ਮੈਂ ਕਿਹਾ ਯਾਰ ਮੈਂ ਰੁਮਾਲ ਬੰਨਿਆ, ਮੈਨੂੰ ਅੱਗੇ ਵੀ ਇੱਕ ਆਟੋ ਵਾਲਾ ਲੁੱਟਿਆ ਸੀਗਾ, ਹੁਣ ਤੂੰ ਲੁੱਟਣ ਲੱਗ ਪਿਆ। ਮੈਂ ਕਿਹਾ ਜੀ ਉਹ ਪੈਸੇ ਲੈ ਕੇ ਬਹਿ ਜਾਓ ਭਾਜੀ, ਪੈਸੇ ਤਾਂ ਮੈਂ ਲੈਂਦਾ ਨਹੀਂ, ਮੈਂ ਹਾਰ ਕਰਾ ਲੂੰਗਾ, ਪਰ ਮੈਂ ਇੱਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ, ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਉਹ ਬਟਨ ਦੱਬਦੇ ਆ, ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ, ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ ਬਸ ਰਾਤੋਂ ਰਾਤ ਹੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ। ਤੇ ਮੈਂ ਹੁਣ ਵੋਟਰਾਂ ਨੂੰ ਕਹਿਣਾ ਚਾਹੁੰਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ, ਪੈਸੇ ਤੇਲਾ ਨਹੀਂ ਤੁਸੀਂ ਜੋ ਕੁਛ ਮਿਲਦਾ ਲੈ ਲਓ, ਲੈਣ ਤੋਂ ਬਾਅਦ ਵੋਟਾਂ ਤੁਸੀਂ ਪਾ ਦਿਓ, ਬਸ ਨੀਡੂ ਨੂੰ ਪਾ ਦਿਓ ਵੋਟਾਂ, ਨੀਡੂ ਨੂੰ ਪਾਣੀ ਆ ਕੇ ਨੂੰ ਪਾਣੀ ਆ, ਹੋਰ ਕੋ ਬੰਦਾ ਨਹੀਂ ਸਾਹਮਣੇ ਗਿਆ। ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘਰ ਦੀਆਂ ਵੋਟਾਂ ਵੀ ਘਰ ਦੀਆਂ ਵੋਟਾਂ ਕਿੰਨੇ ਪਈ? ਬਹੁਤ ਥੋੜਾ ਜੀ, ਲੱਖ ਰੁਪਿਆ ਬਜਟ ਦਾ ਨੀਡੂ ਜੀ। ਦੇਖੋ ਚੋਣ ਨਿਸ਼ਾਨ ਤਾਂ ਲੋਕਾਂ ਨੇ ਦੇਣਾ ਜੀ, ਅੱਛਾ ਸਰਕਾਰ ਨੇ ਨਾ, ਸਰਕਾਰ ਨੇ ਚੋਣ ਨਿਸ਼ਾਨ ਦੇਣਾ, ਲੋਕਾਂ ਦੱਸਾਂਗਾ ਮੈਂ ਜਾ ਕੇ। ਮੈਂ ਭਾਜੀ ਜ਼ਾਹਰ ਨੀਡੂ ਜੀ ਸਾਹਮਣੇ ਦੇਖੋ, ਪੂਰਾ ਸੰਧਰ ਫਰੰਟ ਤੋਂ ਲੜ ਰਹੇ ਨੀਡੂ ਜੀ, ਇੱਧਰ ਦੇਖੋ ਨੀਡੂ ਜੀ, ਪਿਛਲੀ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘਰ ਦੀਆਂ ਵੋਟਾਂ ਪਈਆਂ? ਦੇਖੋ ਪਿਛਲੀ ਵਾਰ ਛੱਡੋ, 4599 ਵੋਟਾਂ ਪਈਆਂ, 7 ਦੀਆਂ ਪਈਆਂ ਸੀਗਾ, ਨਾ ਮੈਂ ਕੋਈ ਦਾਰੂ ਵੰਡੀ ਸੀ ਨਾ ਮੈਂ ਕੁਝ ਵੰਡਿਆ ਸੀਗਾ, ਇਹ ਸੱਚਾਈ ਦੀਆਂ ਵੋਟਾਂ ਜੀ। ਕਿੰਨੀਆਂ ਵੋਟਾਂ ਪਈਆਂ ਟੋਟਲ? ਉਹਦੇ ਵਿੱਚ ਤੁਸੀਂ ਕਹੇ 30 ਤੋਂ 35 ਹਜ਼ਾਰ ਮੇਰਾ ਬਜਟ ਹੈ, ਉਹਨੂੰ ਲੈ ਕੇ ਚੱਲਾਂਗੇ। ਨਹੀਂ ਹੁਣ ਵੱਧ ਗਿਆ, ਹੁਣ ਵੱਧ ਗਿਆ, ਹੁਣ ਕਿੰਨਾ ਹੋ ਗਿਆ ਜੀ? 1 ਲੱਖ ਰੁਪਏ, 1 ਲੱਖ ਰੁਪਏ ਵਧਿਆ। ਜੋ 4 ਜਗ੍ਹਾ ਇਲੈਕਸ਼ਨ ਲੜਨੀ ਭਾਜੀ, 4 ਜਗ੍ਹਾ ਇਲੈਕਸ਼ਨ ਲੜਨੀ, 4 ਜਗ੍ਹਾ ਦਾ ਬਜਟ ਨਹੀਂ ਵਧੂਗਾ, 1 ਹਜ਼ਾਰ 50 ਹਜ਼ਾਰ ਵੀ ਲਾਓ ਭਾਜੀ। ਕਮੇਟੀ ਚੱਕੀ ਮੈਂ 90 ਹਜ਼ਾਰ ਰੁਪਏ ਘੱਟ, 10 ਹਜ਼ਾਰ ਰੁਪਏ ਘੱਟ, 90 ਹਜ਼ਾਰ ਰੁਪਏ ਪੂਰਾ ਕੀਤਾ ਮੈਂ, 10 ਹਜ਼ਾਰ ਲੋਕਾਂ ਕੋਲ ਮੰਗੂ ਲੱਖ ਪੂਰਾ ਕਰਕੇ, ਫਿਰ ਮੈਂ ਲੋਕਾਂ ਕੋਲ ਫੰਡ ਮੰਗ ਰਿਹਾ। ਦੇਖੋ ਸਭ ਤੋਂ ਵੱਡੀ ਇਹ ਗੱਲ ਹੈ ਕਿ ਮੋਦੀ ਦੇ ਸਾਹਮਣੇ, ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ, ਕਿਸੇ ਕੋਲ ਇੰਨਾ ਦਮ ਨਹੀਂ ਹੈਗਾ, ਕਿਸੇ ਪਾਰਟੀ ਤੋਂ ਦਮ ਨਹੀਂ, ਮੇਰੇ ਤੋਂ ਦਮ ਹੋਵਾਂ ਮੈਂ ਖੜਾ। ਮੁੱਦੇ ਦੱਸਾਂਗੇ, ਘੁੰਮ ਲੈਣ ਦੋ ਮੈਨੂੰ ਮਾੜਾ ਜਿਹਾ, ਅੱਜ ਹੀ ਆ ਨਾ, ਅੱਜ ਮੈਂ ਆਇਆ, ਪਹਿਲੇ ਦਿਨ ਤੇ ਆਇਆ ਮੈਂ, ਪਹਿਲੇ ਦਿਨ ਘੁੰਮ ਲੈਂਦਾ, ਸ਼ਹੀਦਾਂ ਦਾ ਮੱਥਾ ਟੇਕ ਲੈਂਦਾ, ਫਿਰ ਆਪਾਂ ਝੰਡਾ ਚਾੜ ਦੇਣਾ। ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ, ਕੀ ਕੰਪੀਟੀਸ਼ਨ ਰਵੇ ਘਟਾ? ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ, ਕਾਰਨ ਕੀ ਆ? 5 ਹੀ ਪੈਣੀਆਂ ਉਹਨੂੰ ਵੀ, ਤੁਹਾਡੇ ਵਾਲਾ ਹੀ ਆ, ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਹੀ ਦਾ, ਅੱਜ ਜਾਵਾਂ ਕੱਲ ਜਾਵਾਂਗੇ ਜੀ, ਬਸ ਮੇਲਾ ਮੈਨੂੰ ਪਤਾ ਨਹੀਂ ਸੀਗਾ, ਮੈਂ ਅੱਜ ਹੁਣੀ ਆਇਆ ਹੀ ਆ ਭਾਜੀ, ਨੈਕਸਟ ਆਇਆ ਚਾਹ ਪੀਣ ਲੱਗਿਆ, ਹੀਰਾ ਪਨੀਰ ਵਾਲਾ ਕੰਪਨੀ ਦਿਖਾ ਲੱਗਿਆ, ਉਹਨੇ ਮੈਨੂੰ ਥੋੜਾ ਮਹਿੰਗਾ ਲਾਤਾ, ਮੈਂ ਕਿਹਾ ਮੈਨੂੰ ਕੋਈ ਮਹਿੰਗਾ, ਕਹਿੰਦਾ ਤੂੰ ਤਗੜਾ ਲੀਡਰ ਆ। ਮੈਂ ਕਿਹਾ ਯਾਰ ਆਹ ਕਿਹੜੀ ਗੱਲ ਹੋਈ, ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਜਾਵਾਂਗੇ, ਕਹਿੰਦਾ ਹੁਣ ਪੈਸੇ ਨਹੀਂ ਲੈਣੇ ਭਾਜੀ, ਕੀ ਸੁਣੋ ਮੇਰੀ ਗੱਲ, ਇੱਕ ਰਾਜਾ ਵਾ, ਜੇ ਉਹਦੇ ਸਾਹਮਣੇ ਤਾਨਾਸ਼ਾਹੀ ਸਰਕਾਰ ਨਹੀਂ ਹੋਏਗੀ